ਬਾਬੇ ਨੂੰ ਪੁੱਛ ਗਿਛ ਕਰਨ ਗਿਆ ਸੀ ਮੈਂ ਕੰਜਰ ਨੂੰ ਸੌਦਾ ਸਾਹਿਬ ਨੂੰ, ਉਹਨੇ 20 ਗੱਲਾਂ ਇਹੋ ਜਿਹੀਆਂ ਉੱਥੇ ਕੀਤੀਆਂ ਨੇ, ਉਹ ਸਾਨੂੰ ਉਹ ਚ ਮਾਣ ਮਹਿਸੂਸ ਹੋਇਆ ਵੀ ਚਲੋ ਮਾਫ਼ੀ ਮੰਗਦਾ ਪਿਆ, ਕਈ ਚੀਜ਼ਾਂ ਕਰਦਾ ਪਿਆ। ਅਲੀਵਾਲ ਅਜੀਤ ਨਗਰ ਕਿੱਥੇ ਹੋਇਆ ਬੇਅਦਬੀ ਦੇ ਕਾਰਨ, ਐਵੇਂ ਕਿਉਂ ਝੂਠ ਮਾਰੀ ਜਾਂਦੇ ਯਾਰ? ਨਹੀਂ ਉਹ ਮਤਲਬ ਕਿ ਫਿਰ ਉਹਨਾਂ ਦਾ ਪਰਚਾ ਦਰਜ ਕਰੋ ਨਾ ਫਿਰ। ਕਿੱਥੇ ਹੋਇਆ, ਕਿਹੜਾ ਪਰਚਾ ਯਾਰ? ਜੋ ਬਣਦੀ ਧਾਰਾ ਉਹ ਕਰਾਂਗੇ ਮੈਂ, ਥੋੜਾ ਤੁਸੀਂ ਡਰਾਓਗੇ ਤੁਸੀਂ ਸਾਨੂੰ ਟੈਲੀਫੋਨ ਤੇ? ਨਹੀਂ ਤੁਹਾਡਾ ਗੱਲ ਕਰਨੇ ਡਰਾਉਣ ਨਹੀਂ ਡੇ, ਮੈਂ ਗੱਲ ਹੀ ਕਰ ਰਿਹਾ ਹਾਂ। ਐਵੇਂ ਤੇ ਕਾਕਾ ਕਾਨੂੰਨ ਦਾ ਜੇ ਨਹੀਂ ਪਤਾ ਹੁੰਦਾ ਪੁੱਛ ਲਈਦਾ ਹੁੰਦਾ। ਹਾਂਜੀ ਅਸੀਂ ਜਿਹੜੀ ਉਹਨਾਂ ਨੇ ਧਾਰਾ ਲੜਾਈ ਦੀ ਲੱਗੀ ਉਹਦੇ ਵਿੱਚ 182 ਦੇ ਲਾਤੀ ਹੈ। ਨਹੀਂ ਲੜਾਈ ਨਾਲ ਕੋਈ ਲੈਣ ਦੇਣ ਨਹੀਂ ਹੈ, ਪੱਤਰਕਾਰ ਵੀ ਉਹ ਗੱਲਾਂ ਐਵੇਂ ਝੂਠੀਆਂ ਫਲਾਈ ਜਾਂਦਾ, ਮੈਨੂੰ ਤੁਹਾਡੇ ਤੇ ਨਾ ਕਾਰਵਾਈ ਕਰਨੀ ਪਵੇ। ਪੱਤਰਕਾਰ ਪਤਾ ਨੀ ਕਿਹੜਾ ਪੱਤਰਕਾਰ ਰੋਜ਼ ਖਬਰ ਲਾ ਦਿੰਦਾ ਵੀ ਆਹ ਕੀਤਾ ਕੀਤਾ, ਇਹੋ ਜਿਹੀਆਂ ਗੱਲਾਂ ਨਾ ਕਰੋ। ਕੋਈ ਨੀ ਮੈਂ ਧਰਨਾ ਲਾ ਕੇ ਬਹਿ ਜਾਣਾ ਤੁਹਾਡੇ ਦਫ਼ਤਰ ਬਾਹਰ, ਤੇ ਬਹਿ ਜਾਓ ਫਿਰ ਇੱਥੇ। ਤੁਹਾਨੂੰ ਜੀ ਆਇਆਂ ਨੂੰ ਤੇ ਮੈਂ ਤੁਹਾਨੂੰ ਇੱਥੇ ਰੋਕ ਸਕਦਾ ਧਰਨਾ ਮਾਰਨ ਤੋਂ? ਜੀ ਠੀਕ ਹੈ ਜੀ, ਠੀਕ ਹੈ ਜੀ, ਸਵੇਰੇ ਬਹਿ ਜਾਣਾ ਜੀ, ਸਵੇਰੇ ਨੂੰ ਕਹਿ ਦਿੰਦੇ ਸਾਰਿਆਂ ਨੂੰ ਨਿਆਂ ਦੀ ਤਰੰਦੀ ਆ ਜਾਊਗੀ ਤੇ ਕੋਈ ਗੱਲ ਨਹੀਂ। ਆ ਜਾ ਬਹਿ ਜਾ, ਠੀਕ ਹੈ ਜੀ। ਐਵੇਂ ਨਹੀਂ ਡਰਾਈ ਦਾ ਹੁੰਦਾ ਪੁਲਿਸ ਅਫਸਰ, ਸਾਗੀ ਡਰਾਉਣ ਨਹੀਂ ਦੇ ਤੁਹਾਨੂੰ, ਡਰਾਉਣ ਦੇ ਹੋਰ ਤੋਂ ਵੀ ਕਰਦਾ ਧਰਨੇ ਦੀ ਗੱਲਾਂ ਧਮਕੀਆਂ ਮਾਰੀ ਜਾਂਦਾ, ਇਹ ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਜੋ ਹੱਕ ਹੈ ਅੱਗੇ ਦਵਾ ਫਿਰ, ਤੇਰੀ ਮੈਂ ਇੱਜ਼ਤ ਕੀਤੀ ਆ ਸਾਹਿਬ ਜੀ, ਬੰਦਾ ਝੂਠ ਬੋਲੂਗਾ ਜੀ ਆਹ ਗੱਲ ਕਿਸੇ ਨੇ ਕੀਤੀ, ਕੀ ਜੁਰਮ ਬੰਦਾ ਮੈਂ 182 ਦਾ ਬਣਦੀ ਉਹ ਲਾਤੀ ਨੇ। ਜੇ ਕੋਈ ਤੁਹਾਡੇ ਤੇ ਮਾਣ ਹੈ ਸਾਨੂੰ ਮਣੀਆਂਵਾਲ ਪਤਾ ਕੀ ਹੁੰਦਾ, ਆਪਾਂ ਆਪਦੇ ਗੁਰੂ ਦੀ ਇੱਜ਼ਤ ਬਚਾਉਣੀ ਆ। ਇਹੋ ਜਿਹੀ ਗੱਲ ਕਰੇ ਆਪਾਂ ਇਹਦਾ ਰੌਲਾ ਨਾ ਪਾਉਣਾ ਆ, ਉਹਦਾ ਸਾਰਾ ਗਲਤ ਰੌਲਾ ਪਈ ਜਾਂਦਾ ਆ। ਆਪਾਂ ਇਸ ਚੀਜ਼ ਦੀ ਕਾਰਵਾਈ ਕਰਾ ਕੇ ਅਦਾਲਤਾਂ ਚ ਜਾ ਕੇ ਫੇਰ 20 ਗੱਲਾਂ ਕਰੂਗਾ। ਹਾਂਜੀ ਹਾਂਜੀ, ਕਰੂਗਾ ਕਿ ਨਹੀਂ ਕਰੂਗਾ? ਬਿਲਕੁਲ ਬਿਲਕੁਲ, ਠੀਕ ਹੈ। ਹੁਣ ਅਸੀਂ ਬਾਬੇ ਨੂੰ ਪੁੱਛ ਗਿਛ ਕਰਨ ਗਿਆ ਸੀ ਮੈਂ ਕੰਜਰ ਨੂੰ ਸੌਦਾ ਸਾਹਿਬ ਨੂੰ, ਹਾਂਜੀ ਹਾਂਜੀ, ਉਹਨੇ 20 ਗੱਲਾਂ ਇਹੋ ਜਿਹੀਆਂ ਉੱਥੇ ਕੀਤੀਆਂ ਨੇ, ਉਹ ਸਾਨੂੰ ਉਹ ਚ ਮਾਣ ਮਹਿਸੂਸ ਹੋਇਆ ਵੀ ਚਲੋ ਮਾਫ਼ੀ ਮੰਗਦਾ ਪਿਆ, ਕਈ ਚੀਜ਼ਾਂ ਕਰਦਾ ਪਿਆ, ਪਰ ਤੁਸੀਂ ਆਪਾਂ ਆਪ ਹੀ ਗੱਲਾਂ ਕਰੀ ਜਾਂਦੇ ਇਹੋ ਜਿਹੀਆਂ। ਸੁਣੋ ਮੇਰੀ, ਹੁਣ ਤੁਸੀਂ ਪੱਤਰਕਾਰ ਲੈ ਕੇ ਇੰਨੇ ਆ ਗਏ, ਇਹ ਕੋਈ ਰੌਲਾ ਪਸ਼ੋਸ਼ੇਬਾਜ਼ੀ ਵਾਲੀ ਗੱਲ ਬਿਲਕੁਲ, ਹਾਂ ਇਹ ਬਿਲਕੁਲ ਨੀ ਗੱਲ ਕਰੀ ਦਿੰਦੀ। ਧਰਨਾ ਮਾਰਨਾ ਕੀ ਹੋਜੂ, ਮੈਨੂੰ ਕੀ ਫਰਕ ਪੈ ਜੂ, ਬੈਠੇ ਰਹੋਗੇ ਇੱਥੇ ਜਾ ਕੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਗੁੱਸਾ ਹੀ ਪਿਓ ਦੀ ਝੂਠਾ ਬਦਨਾਮ ਕਰਨਾ ਹਨਾ, ਝੂਠਾ ਜਿਹੜਾ ਬਦਨਾਮ ਕਰਦਾ ਬੰਦਾ ਉਹਦੀ ਅਸੀਂ ਕਾਰਵਾਈ ਕਰਦੇ ਹਾਂ, ਉਹਦੀ ਕਾਰਵਾਈ ਅੱਜ ਤੱਕ ਆਪਣੇ ਦੇਸ਼ ਚ ਝੂਠ ਬੋਲਣ ਦਾ ਕੋਈ ਉਹ ਹੈ ਹੀ ਨੀ ਗਾ। ਹਾਂਜੀ ਹਾਂਜੀ, ਇਹ ਨਹੀਂ ਉਹ ਅਸੀਂ ਲਿਖ ਕੇ ਦੇ ਦਾਂਗੇ ਕੋਰਟ ਚ, ਤੁਸੀਂ ਕਰਾ ਲਿਓ ਸਜ਼ਾ। ਹਾਂਜੀ, ਇੱਕ ਪੱਤਰਕਾਰ ਹੋ ਗਏ ਏਦਾਂ ਦੀ ਮਾਈ ਗੱਲਾਂ ਕਰੇ ਮਹਾਰਾਜ ਜੀ, ਤੁਸੀਂ ਵੀ ਤਾਂ ਅਖਬਾਰ ਚ ਲਵਾਇਆ ਹੀ ਆ, ਆਪਾਂ ਨੂੰ ਕੀ ਲੋੜ ਸੀ ਲਵਾਉਣ ਦੀ? ਹਾਂਜੀ ਹਾਂਜੀ, ਆਪਾਂ ਕਲੀਅਰ ਕੀਤਾ ਨਾ ਕਿ ਜੋ ਸੱਚ ਸਾਹਮਣੇ ਲਿਆਓ, ਜੇ ਪੱਤਰਕਾਰ ਝੂਠ ਮਾਰਦਾ ਬੇਅਦਬੀ ਹੋਈ, ਹੁਣ ਤੁਹਾਨੂੰ ਵੀ ਪਤਾ ਲੱਗ ਗਿਆ, ਤੁਸੀਂ ਗਏ ਹੀ ਹੋ ਮੌਕੇ ਤੇ, ਤੁਸੀਂ ਕਰਨ ਵਾਲਾ ਕੰਮ ਕਰੋ। ਜੇ ਤੁਹਾਨੂੰ ਲੱਗਦਾ ਵੀ ਉਹ ਨਹੀਂ ਸਾਂਭ ਸਕਦਾ ਤੇ SGPC ਨਾਲ ਗੱਲ ਕਰਕੇ ਤੇ ਉਹ ਮਹਾਰਾਜ ਦੀ ਭੀੜ ਉੱਥੋਂ ਉਹਨਾਂ ਨਾਲ ਸਨਮਾਨ ਸਾਹਿਬ ਉੱਥੋਂ ਆਪਾਂ ਉੱਥੇ ਬਣਦਾ ਉਹਦਾ ਹੱਕ ਉੱਥੇ ਰੱਖੀਏ ਮਹਾਰਾਜ ਦੀ ਭੀੜ ਦਾ। ਨਹੀਂ ਉਹ ਆਪਾਂ ਗੱਲ ਕਰ ਲਈ ਹੈ,
ਤੇ ਉਹ ਕਹਿੰਦੇ ਸੀ ਦੋ ਤਿੰਨ ਦਿਨ ਚ ਆ ਕੇ ਕਾਰਵਾਈ ਕਰਾਂਗੇ ਇਹਨਾਂ ਤੇ। ਉਹਨਾਂ ਨਾਲ ਗੱਲ ਕਰੋ ਜਿਹੜੀ ਇਹੋ ਜਿਹੀ ਗੱਲ ਹੁੰਦੀ ਨਾ, ਇਹਦੇ ਚ ਪਤਾ ਲੋਕੀ ਕੀ ਸੋਚਦੇ ਆ ਵੀ ਯਾਰ ਐਵੇਂ ਤਾਂ ਬੈਠਾ ਉਹ ਗੱਲ ਕੋਈ ਹੋਈ ਨੀ, ਸਗੋਂ ਆਪ ਹੀ ਰੌਲਾ ਪਾਈ ਜਾਂਦੇ ਆ। ਹਾਂਜੀ ਹਾਂਜੀ, ਇਹ ਸਿੱਖਾਂ ਦੀ ਬੇਇੱਜ਼ਤੀ ਹੁੰਦੀ ਇਹਦੇ ਨਾਲ ਸਗੋਂ ਜ਼ਿਆਦਾ। ਬਿਲਕੁਲ ਬਿਲਕੁਲ, ਹਾਂ ਸਿਆਣੇ ਬਣੀਦਾ ਹੁੰਦਾ। ਠੀਕ ਠੀਕ, ਤੇ ਬਾਕੀ ਕਰਨਾ ਇੱਕੋ ਬੇਨਤੀ ਤੁਹਾਡੇ ਨਾਲ, ਤੁਸੀਂ ਵੱਡੇ ਹੋ, ਬਹੁਤ ਸਤਿਕਾਰਯੋਗ ਤੁਸੀਂ ਸਾਡੇ, ਉਹਨਾਂ ਦੇ ਜਿਹੜਾ